بسم اللہ الرحمن الرحیم السلام علیکم کیا حال چال ہے اپ سب کمید کرتی ہوں کہ اپ سب بالکل ٹھیک ٹھاک ہو گئے ਅੱਲਾ ਦਾ ਸ਼ੁਕਰ ਹੈ ਤੇ ਅੱਲਾ ਦਾ ਬਹੁਤ ਜ਼ਿਆਦਾ ਕਰਮ ਹੈ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਲਾ ਤਾਲਾ ਕੋਲ ਇੱਕੋ ਹੀ ਦੁਆ ਹੁੰਦੀ ਹੈ ਵੀ ਅੱਲਾ ਤਾਲਾ ਹਰ ਇੱਕ ਨੂੰ ਆਪਣੇ ਹਿਫਤੋਂ ਮਾਨ ਚ ਰੱਖੇ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਤਕਲੀਫਾਂ ਨੂੰ ਦੂਰ ਫਰਮਾਏ ਤੇ ਚਲੋ ਜੀ ਸਵੇਰ ਸਵੇਰ ਪਿਆਰੀ ਪਿਆਰੀ ਮਾਰਨਿੰਗ ਦਾ ਸੀਨ ਆਗਾਜ਼ ਕਰਨਿਆਂ ਨਾਸ਼ਤੇ ਤੋਂ ਅਸੀਂ ਦੇਖ ਲਓ ਜੀ ਤੁਹਾਨੂੰ ਪਤਾ ਹੈ ਮੈਂ ਨਾਸ਼ਤਾ ਕਰਦਿਆਂ ਕਰਦਿਆਂ ਮੈਂ ਨਹੀਂ ਇੱਥੋਂ ਹੀ ਮੈਂ ਆਪਣੇ YouTube ਫੈਮਿਲੀ ਨਾਲ ਕੱਲਾ ਕਰਦੀ ਸ਼ੁਰੂ ਕਰ ਲੈਂਨੀ ਆ ਤਾਂ ਕਿ ਮੇਰਾ ਦਿਨ ਜਿਹੜਾ ਚੰਗਾ ਗੁਜ਼ਰੇ બસ ਜੀ ਇਹ ਦੇਖ ਲੋ ਮੈਂ ਲਗੀ ਜੇ ਫਰਾਈ ਕਰਨ ਦੋ ਅੰਡੇ ਮੈਂ ਤੇ ਆਹਨੀਆਂ ਵੀ ਜਿਹੜੇ ਮੇਰੇ ਅਰ ਸਹੀ ਠੀਕ ਠਾਕ ਨੇ ਤੇ ਘਰਾਂ ਦੇ ਕੰਮ ਮਗਰ ਦੌੜਦੇ ਰਹਿੰਦੇ ਨੇ ਉਹਨਾਂ ਨੂੰ ਨਾਸ਼ਤਾ ਨਾ ਅੱਛਾ ਤੇ ਮਤਲਬ ਹੈਲਥੀ ਕਰਨਾ ਚਾਹੀਦਾ ਜਿਹੜੇ ਜ अच्छे ਵਿਟਾਮਿਨ ਹੋਣ ਤੇ ਮੈਂ ਬਸ ਮੈਂ ਵੀ ਅੰਡਾ ਛੱਡਾ ਅੰਡੇ ਖਾ ਲੈਨੀ ਆ ਬ੍ਰੈਡ ਖਾ ਲੈਨੀ ਆ ਉਸ ਤੋਂ ਇਲਾਵਾ ਚਾਹ ਸ਼ਾਹੀ ਪੀ ਲੈਨੀ ਆ ਪਰਾਠਾ ਵੀ ਖਾਨੀਆ ਲੇਕਿਨ ਕਦੇ-ਕਦਾਈ ਤੇ ਅੱਜ ਇਹ ਵੀਕਐਂਡ ਦਾ ਵਲੌਗ ਹੈ ਮੈਂ ਥੋੜਾ ਲੇਟ ਚੜਨ ਹੋਇਆ ਮੇਰ ਕੋਲੂ ਕਿਉਂਕਿ ਥੋੜੀ ਮਸਰੂਫੀਅਤ ਹੈ ਮੈਂ ਵੈਸੇ ਤੇ ਚੜੀ ਆਪਣੀ ਵੀ ਰੋਜ਼ ਲੇਕਿਨ ਤੁਹਾਨੂੰ ਪਤਾ ਵੀ ਤੁਹਾਡੀ ਭੈਣ ਥੋੜੀ ਮਸਰੂਫ ਹੋਈ ਹੈ ਉਹਨੇ ਨਈਆਂ ਪੀਨ ਨਾਲ-ਨਾਲ ਪੈਕਿੰਗ ਤੇ ਇਹ ਫਿਰ ਫਾਉਂਡੇਸ਼ਨ ਦੇ ਆ ਗਏ ਨੇ ਜੀ ਤੇ ਬਰਫ਼ ਜਿਹੜੀ ਹੈ ਨਾ ਸਨੋ ਉਹ ਥੋੜੀ ਘਟਣ ਲੱਗੀ ਜਿਵੇਂ ਵੈਸੇ ਆਹਾਂ ਜੀ ਠੰਡ ਤੇ ਠੰਡ ਬਹੁਤ ਪੈਂਦੀ ਵੀ ਐਡੀ ਡਾਡੀ ਸਰਦੀ ਹੈ ਬਾਹਰ ਜਾਣੇ ਤੇ ਦਿਲ ਨਹੀਂ ਕਰਦਾ ਤੇ ਸ਼ੁਕਰ ਕਰਾਂਦੇ ਜੀ ਅਸੀਂ ਥੋੜਾ ਜਿਹਾ ਵਕੇਸ਼ਨ ਤੇ ਜਾਂਦੇ ਉੱਥੇ ਥੋੜਾ ਮੌਸਮ ਬਿਹਤਰ ਹੋਵੇ ਦਾ ਦੱਸਣਾ ਕੋ ਨਹੀਂ ਜੈ ਵੀ ਤੁਹਾਡੀ ਪੈਨ ਤੁਹਾਨੂੰ ਐਵੇਂ ਨਾ ਤੁਸੀਂ ਸੋਚੋ ਵੀ ਮੈਂ ਲਗੀਆਂ ਦੱਸਣਾ ਨਾ 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 ਬਿਲਕੁਲ ਵੀ ਕੋ ਨਹੀਂ ਤੁਸੀਂ ਵਲੌਗ ਮੇਰੇ ਤੱਕ ਹੀ ਆਉਣੇ ਨੇ ਤੇ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਲੱਭੀ ਜਾਵੇ ਦਾ ਤੁਹਾਨੂੰ ਉਂਝ ਮੈਂ ਹਾਂ ਵੀ ਮੈਂ ਤੁਹਾਨੂੰ ਪਹਿਲੇ ਦੱਸ ਜਾਂਦੇ ਫੇਰ ਕਿਹੜਾ ਸਰਪ੍ਰਾਈਜ਼ ਰਹਿ ਗਿਆ ਜੀ ਫੇਰ ਤੇ ਨਾ ਨਾ ਸਰਪ੍ਰਾਈਜ਼ ਰਿਹਾ ਤੇ ਤੁਸੀਂ ਜਿਹੜਾ ਇਹ ਵਲੌਗ ਮੇਰੇ ਨੂੰ ਪੂਰਾ ਦੇਖਣਾ ਹੈ ਇਨਸ਼ਾਅੱਲਾ ਅਗੂ ਤੁਹਾਨੂੰ ਅਰ ਇੱਕ ਚੀਜ਼ ਮੈਂ ਦੱਸਾਂਗੀ ਤੇ ਅੱਜ ਕਿਚਨ ਸਿਚਨ ਸਾਫ ਕੀਤਾ ਬੱਚਿਆਂ ਨੂੰ ਵੀ ਨਵਾਇਆ ਸ਼ਵਾਇਆ ਮੈਂ ਹਾਂ ਚਲੋ ਜੀ ਸੰਡੇ ਦਾ ਜਾਂ ਸੈਚਰਡੇ ਦਾ ਮਨ ਯਾਦ ਨਹੀਂ ਪਿਆਂਦਾ ਵੀ ਇਹਨਾਂ ਨੂੰ ਮੈਂ ਨਿਨ ਹਵਾ ਲਿਆ ਤੇ ਮੈਂ ਵੀ ਅੱਜ ਨ ਮੈਂ ਲਜ਼ਾਨੀਆ ਬਣਾਨੀਆਂ ਤਾਂ ਉਂਝ ਮੈਂ ਵੀ ਝੂਠ ਮਾਰਾਂ ਉਂਝ ਮੈਂ ਕੋ ਨਹੀਂ ਚੋਖਾ ਵਕਤ ਕਰਦੀ ਐ ਵੀ ਮੈਂ ਨਾ ਡੱਬਾ ਲੈ ਆਮਨੀ ਆ ਕਿਉਂਕਿ ਬੱਚੇ ਨਿੱਕੇ ਹੁੰਦੇ ਨੇ ਉਹ ਤੇ ਉਂਝ ਕਿਚਨ ਚ ਖੇਲੋਂ ਨਹੀਂ ਦਿੰਦੇ ਨੇ ਤੇ ਮੈਂ ਫਿਰ ਅੱਜ ਇੱਕ ਡੱਬਾ ਲਬਦਾ ਲਬਦਾ ਥੂ ਤੇ ਉਹਦੇ ਵਿੱਚ ਹੁੰਦੀਆਂ ਨੇ ਉਹ ਪਟੀਆਂ ਜੀਆਂ ਵੀ ਹੁੰਦੀਆਂ ਨੇ ਪਾਸਤਾ ਜਿਹੜੀ ਪੱਟੀ ਹੁੰਦੀ ਐ ਤੇ ਉਸ ਤੋਂ ਇਲਾਵਾ ਉਹਦੇ ਵਿੱਚ ਮਸਾਲਾ ਜਾਂਦਾ ਤੇ ਫਿਰ ਮੈਂ ਕੀਮਾ ਜਿਹੜਾ ਨਾ ਆਪਣੇ ਦੇਸੀ ਤੜਕਾ ਲਾ ਕੇ ਬਣਾ ਲੈਣੀ ਆ ਤੜਕਾ ਆ ਕੀ ਦੇਸੀ ਮਸਾਲਿਆਂ ਨਾਲ ਇਹ ਦੇਖ ਲੋ ਜੀ ਪਿਆਜ਼ ਵੀ ਜੇ ਮੈਂ ਥੋੜੇ ਮੋਟੇ ਮਸਾਲਿਆਂ ਦੀ ਡੱਬੀ ਤਿਆਰ ਕਰ ਲਈ ਆ ਇਹ ਬੜਾ ਫਾਇਦੇਮੰਦ ਡੱਬੀ ਮਨੂੰ ਲੱਗਦੀ ਆ ਵੀ ਓਰੀਜਨਲ ਮਸਾਲੇ ਪਾ ਕੇ ਸਾਰੇ ਵਿੱਚ ਲੋ ਪਾ ਤੇ ਜ਼ੈਕਾ ਪੂਰਾ ਆ ਜਾਂਦਾ ਮਤਲਬ ਖਾਣੇ ਵਿੱਚ ਨਾ ਲੇਕਿਨ ਮੂੰਹ ਜਦਾ ਡੇਕ ਜ਼ਰਾਨੀ ਆਉਂਦਾ ਉਂਝ ਜਲੇ ਹੋ ਲਾਚੀ ਜਾਂ ਦਾਲ ਚੀਨੀ ਦਾ ਟੁਕੜਾ ਜਾਂ ਲੌਂਗ ਦਾ ਟੁਕੜਾ ਮੂੰਹ ਚ ਆਵੰਦਨ ਪੂਰੇ ਖਾਣੇ ਦਾ ਸਵਾਦ ਖਰਾਬ ਕਰ ਸਰਦਾ ਤੇ ਮੈਂ ਮਨੂੰ ਜਦੋਂ ਦੀ ਲੱਭੀਆਂ ਨੇ ਸਾਡੇ ਘਰ ਸਕੂਨ ਆ ਗਿਆ ਤੇ ਮੇਰੇ ਹਸਬੰਦ ਵੀ ਬੜਿਆ ਇਸ ਚੀਜ਼ ਤੋਂ ਖੁਸ਼ ਨੇ ਕਿਉਂਕਿ ਉਹਨਾਂ ਦੇ ਮੂੰਹ 'ਚ ਵੀ ਜਿਛਲਾ ਆ ਜਾਂਦੀ ਲਾਚੀ ਲੌਂਗ ਵਗੈਰਾ ਤੇ ਉਹਤੇ ਫਿਰ ਉਹ ਜੋ ਮਤਲਬ ਜ਼ਾਇਕਾ ਖਰਾਬ ਹੋ ਜਾਂਦਾ ਫਿਰ ਉਸ ਤੋਂ ਬਾਅਦ ਖਾਣੇ ਦਾ ਦਿਲ ਨਹੀਂ ਕਰਦਾ ਰਨਵਾਲੇ ਜਾਂ ਲੱਗਦਾ ਵੀ ਤੁਹਾਨੂੰ ਉਸੇ ਦਾ ਜ਼ਾਇਕ ਆਉਂਦਾ ਹੈ ਤੇ ਬਸ ਮੈਂ ਫਿਰ ਖਾਣੇ ਦੀ ਲੱਗੀ ਤਿਆਰੀ ਕਰਨ ਦੇਖ ਲੋ ਕਿਆ ਹਦ ਨੇ ਕੀਮਾ ਸ਼ਿਮਾ ਜਿਹੜਾ ਨਾ ਅੱਜ ਬਣਾਈ ਆਵਨੀਆਂ ਪਏ ਤੇ ਨਾਲ-ਨਾਲ ਕਰੀ ਆਵਨੀਆਂ ਗੱਲਾਂ ਤੇ ਬਸ ਐਂ ਜੀ ਮੈਂ ਵੀ ਲੱਗੀ ਰਹੀ ਨਹੀਂ ਪੂਰਾ ਦਿਨ ਤੁਹਾਡੇ ਸਾਹਮਣੇ ਤੇ ਤੁਸੀਂ ਐਡੇ ਐਡੇ ਸੋਹਣੇ ਮੈਨੂੰ ਮਜ਼ੇ ਮਜ਼ੇ ਦੇ ਕਮੈਂਟ ਕਰਦੇ ਹੋ ਤੇ ਮੈਨੂੰ ਬੜਾ ਮਜ਼ਾ ਆਉਂਦਾ ਅੱਲਾਹ ਤਾਲਾ ਦਾ ਬਹੁਤ ਜ਼ਿਆਦਾ ਸ਼ੁਕਰ ਹੈ ਵੀ ਉਹਨੇ ਬਹੁਤ ਜ਼ਿਆਦਾ ਮਤਲਬ ਆਪਣੀ ਆਪਣੀ ਰਹਿਮਤ ਨਾਲ نوازਿਆ ਤੇ ਮੈਂ ਚੈਨਲ ਸ਼ੁਰੂ ਕੀਤਾ ਤੇ ਅੱਲਾਹ ਤਾਲਾ ਨੇ ਉਹਦੇ ਤੇ ਬਰਕਤ ਪਾ ਲਈ ਤੇ ਤੁਸੀਂ ਬਸ ਐਂ ਜੀ ਮੈਨੂੰ ਪਿਆਰ ਤੇ ਮੁਹੱਬਤ ਦਿੰਦੇ ਰਹੋ ਮੇਰੀ ਵੀਡੀਓ ਨੂੰ ਬਸ ਲਾਈਕ ਕਰਦੇ ਰਹੋ ਤੇ ਮੇਰੀ ਵੀਡੀਓ ਨੂੰ ਚੰਗਾ ਲੱਗੇ ਤਾਂ ਅੱਗੇ ਤੱਕ ਸ਼ੇਅਰ ਵੀ ਕਰਿਆ ਕਰੋ ਆਪਣੇ ਫੈਮਿਲੀ ਜਾਂ ਫਰੈਂਡਸ ਨਾਲ ਤਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਨੀ ਬੰਦ ਦੂਰ ਤੱਕ ਪੁੱਜੇ ਤੇ ਇਨਸ਼ਾਅੱਲਾ ਮੈਂ ਵੀ ਇਹੀ ਕੋਸ਼ਿਸ਼ ਕਰਾਂ ਦੀ ਵੀ ਮੈਂ ਜਿਆਦਾ ਤੋਂ ਜਿਆਦਾ ਅੱਛੇ ਤੋਂ ਅੱਛੀ ਵੀਡੀਓ ਬਣਾ ਰਹੀ ਹਾਂ ਤੁਹਾਡੇ ਵਾਸਤੇ ਇਨਫੋਰਮੇਸ਼ਨਾਂ ਵੀ ਦਾਂ ਤੇ ਇਨਸ਼ਾਅੱਲਾ ਮੈਂ ਨਾ ਵੀਡੀਓ ਤਕਰੀਬਨ ਬਣਾ ਲਈਏ ਤੇ ਅਗੂ ਇੱਕ ਦੋ ਐਸ ਵੀਡੀਓ ਦੇ ਇੱਕ ਦੋ ਦਿਨ ਬਾਅਦ ਤੁਹਾਡੇ ਨਾਲ ਮੈਂ ਵੈਕਿਊਮ ਕਲੀਨਰ ਦੀ ਪੂਰੀ ਡਿਟੇਲ ਨਾਲ ਵੀਡੀਓ ਵੀ ਤੁਹਾਨੂੰ ਇਨਸ਼ਾਅੱਲਾ ਨਾ ਦਸਾਂਦੀ ਜਿਹੜੇ ਜਿਹੜੇ ਦਸਾਂਦੀ ਵੀ ਕਿਸ ਤਰੀਕੇ ਨਾਲ ਮਤਲਬ ਕੰਮ ਕਰਦਾ ਤੇ ਕਿੰਜ ਦਾ ਦੀ ਮਤਲਬ ਉਹ ਸਫਾਈ ਦਾ ਸਾਰਾ ਸਿਸਟਮ ਉਹਦੇ ਜੋ ਵੀ ਆਇਆ ਹੈ ਜੈਸੇ ਜੈਸੇ ਵੀ ਉਹਦੇ ਕਿਆਹਦੇ ਨੇ ਕਿਆਹਦੇ ਨੇ ਫੰਕਸ਼ਨ ਨੇ ਜਾਂ ਫੀਚਰ ਜਿਹੜੇ ਜਿਹੜੇ ਵੀ ਨੇ ਤੁਹਾਨੂੰ ਜ਼ਰੂਰ ਸ਼ੇਅਰ ਕਰਾਂ ਦੀ ਤੇ ਇਹ ਵੇਖ ਲੋ ਜੀ ਪਾਸਤਾ ਤੇ ਤਿਆਰ ਹੋ ਗਿਆ ਤੇ ਇਹ ਰਿਵਿਜ਼ਨ ਸੌਸ ਹੁੰਦਾ ਹੈ ਮਸਾਲਾ ਹੁੰਦਾ ਹੈ ਤੇ ਮਸਾਲਾ ਪਾ ਕੇ ਨੇ ਤੁਹਾਨੂੰ ਨੇ ਲਿਖਿਆ ਉੱਤੇ ਵੀ ਤੁਸੀਂ ਇਹਦੇ ਜ ਤਕਰੀਬਨ 700 ਡੈਸੀਲੀਟਰ ਦੁੱਧ ਦੇ ਨਾਲ 400 ਕੇ 500 7 ਚਾਹਗੇ 7 ਡੈਸਿਲਟਰ ਦੁੱਧ ਤੇ 4 ਡੈਸਿਲਟਰ ਪਾਣੀ ਪਾ ਕੇ ਨਾ ਤੈਨੂੰ ਛੱਟ 5-7 ਮਿੰਟ ਵਾਸਤੇ ਪਕਾਓ ਤੇ ਥੋੜਾ ਠੀਕ ਹੋ ਲਾਪੰਦੇ ਫਿਰ ਠੀਕ ਹੋ ਜਾਂਦਾ ਤੇ ਕਹਦੇ ਨੇ ਲਜ਼ਾਨੀ ਦੀ ਜਿਹੜੀ ਹੈ ਸੌਸ ਤੇ ਕੀਮਾ ਇਕੱਠੇ ਕੋ ਵਿੱਚ ਤਿਆਰ ਹੋ ਜਾਂਦਾ ਵੈਸੇ ਤੇ ਪ੍ਰੋਵਾਈਡ ਸੌਸ ਅਲੱਗ ਬਣਾਈ ਦੀ ਹੈ ਤੇ ਲਜ਼ਾਨੀ ਦਾ ਮਤਲਬ ਅਲੱਗ ਹੁੰਦਾ ਲੇਕਿਨ ਇਹ ਟੂ ਇਨ 1 ਸਿਸਟਮ ਹੋ ਜਾਂਦਾ ਤੇ ਵੇਖ ਲਓ ਬਸ ਜੀ ਹੈ ਤਹਿਵਾਂ ਲਾ ਲੀਆਂ ਉੰਜ ਲਾਓ ਜਿੰਨੀ ਤੁਸੀਂ ਬਰੀਆਨੀ ਨੂੰ ਲਾਉਂਦੇ ਹੋ ਦੇਸੀ ਕਿਸਮ ਦਾ ਕੰਮ ਕਰੋ ਮੈਂ ਤਾਂ ਲੇ ਸੌਸ ਪਾ ਲਈਓ ਕਿਉਂਕਿ ਉਹਨਾਂ ਨੇ ਆਹ ਆ ਵੀ ਪਹਿਲੇ ਡੱਬੇ ਤੇ ਲਿਖਿਆ ਵੀ ਥੱਲੇ ਸੌਸ ਨਹੀਂ ਚੀਦੀ ਫਿਰ ਪਾਸਤਾ ਫਿਰ ਸੌਸ ਫਿਰ ਪਾਸਤਾ ਫਿਰ ਐਂਜ ਕਰਕੇ ਤੇ ਬਸ ਐਂ ਜੀ ਮੈਂ ਬਣਾ ਲਈ ਹੈ ਤੇ ਕਿਨੇ ਉੱਤੇ ਆਹਰ ਦੇ ਮੈਂ ਡੋਪਿੰਗ ਤੇ ਕਿਆਹਦੇ ਨੇ ਉਸ ਥੋੜੀ ਜੀ ਕਿਆਹਦੇ ਨੇ ਚੀਸ ਲਾਲਾਂ ਦੀ ਉਸ ਤੇ ਇੱਥੇ ਨਰਵੀਜੀਅਨ ਕਿਆਹਦੇ ਨੇ ਤੇ ਫਿਰ ਉਹ ਪਤਾ ਪੱਕੀਆਂ ਹੁੰਦੀਆਂ ਨੇ ਜ਼ੁਬਾਨਾਂ ਤੇ ਵੈਸੇ ਜਿਹੜਾ ਨਾ ਚੀਜ਼ ਆਖਦੇ ਨੇ ਕਿਨੇ ਇੰਗਲਿਸ਼ ਚ ਤੇ ਵੈਸੇ ਉਰਦੂ ਜੀ ਕਿਆਹਦੇ ਨੇ ਤੁਸੀਂ ਮੈਨੂੰ ਦੱਸੋ ਮੈਨੂੰ ਤਾਂ ਵੈਸੇ ਪਤਾ ਹੈ ਉਰਦੂ ਜਨੂੰ ਕਿਆਹਦੇ ਨੇ ਉਹ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਤੇ ਇਨਸ਼ਾਅੱਲਾ ਜੀ ਐਂਜੀ ਮਜ਼ੇ ਮਜ਼ੇ ਦੀਆਂ ਵੀਡੀਓ ਤੁਹਾਡੇ ਅੱਗੇ ਮੈਂ ਲੇਮਦੀ ਰਵਾਂਦੀ ਤੁਹਾਨੂੰ ਤੁਹਾਡੇ ਨਾਲ ਆਲੀ ਗੱਲ ਸ਼ੇਅਰ ਕਰਦੀ ਰਵਾਂਦੀ ਤੇ ਤੁਹਾਨੂੰ ਪਤਾ ਹੈ ਵੀ ਜ਼ਿੰਦਗੀ ਹੈ ਇਹ ਅਸੀਂ ਇੱਥੇ ਜਿੰਨਾ ਮੁਲਕਾਂ ਚ ਆ ਗਏ ਆ ਇੱਥੇ ਹੋਰ ਜ਼ਿਆਦਾ ਮਸਰੂਫ ਹੈ ਕਿਉਂਕਿ ਇੱਥੇ ਹਰ ਕੰਮ ਸਾਨੂੰ ਆਪੂ ਕਰਨਾ ਪੈਂਦਾ ਪਾਕਿਸਤਾਨ ਤੇ ਘਰਾਂ ਚ ਕਮਾਲੀਆਂ ਲੱਭ ਜਾਂਦੀਆਂ ਨੇ ਸਫਾਈ ਕਰਨੇ ਵਾਲੇ ਲੱਭ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਆਦਰ ਹੈ اور ਵੀ ਕਈ ਫਜ਼ਲਦਾਨੀਆਂ ਨੇ ਲੇਕਿਨ ਵੈਸੇ ਦੇਹਾ ਜਾਏ ਉਨ ওভারঅল ਤੇ ਅਲਾ ਦਾ ਸ਼ੁਕਰ ਹੈ ਤੇ ਬਹੁਤ ਜ਼ਿਆਦਾ ਸਾਇਸ਼ਾ ਨੇ ਬਹੁਤ ਜ਼ਿਆਦਾ ਸਾਇਸ਼ਾ ਨੇ ਅੱਲਾਹ ਤਾਲਾ ਨੇ ਆਰੀਕ ਸੂਲਤ ਨਵਾਜ਼ੀ ਹੈ ਸਿਰਫ ਇੱਕੋ ਚੀਜ਼ ਹੁੰਦੀ ਹੈ ਵੀ ਤੁਸਾਰ ਵਲੇ ਨੇ ਇੱਥੇ ਕੰਮ ਕਰਦੇ ਹੀ ਰਹਿਣਾ ਵੀ ਲਾ ਨਹੀਂ ਹੁੰਦਾ ਵੀ ਬੰਦਾ ਕੰਮ ਖਾਣਾ ਤੁਸੀਂ ਜੇ ਇੱਥੇ ਕਮਾਣਾ ਤੇ ਤੁਸਾਂ ਖਾਣਾ ਜੇ ਕਮਾਣਾ ਨਹੀਂ ਹੈ ਵੀ ਤੇ ਤੁਹਾਨੂੰ ਖਾਣੇ ਨੂੰ ਨਹੀਂ ਅੱਛਾ ਲੱਭ ਸਕਦਾ ਤੇ ਅਤੇ ਆਰ ਬੰਦਾ ਕੰਮ ਕਰਦਾ ਤੇ ਤੁਹਾਡੀ ਭੈਣ ਘਰ ਦੇ ਕੰਮ ਕਰਦੀ ਹੈ ਤੇ ਇਹ ਸਾਨਾ ਵੱਡਾ ਕੰਮ ਹੁੰਦਾ ਤੁਹਾਨੂੰ ਪਤਾ ਹੈ ਨਾ ਇਹ ਮੈਂ ਫਿਲਹਾਲ ਤੁਹਾਨੂੰ ਪਤਾ ਬੱਚੇ ਛੋਟੇ ਨੇ ਤੇ ਉਸ ਤੋਂ ਬਾਅਦ ਘਰ ਦਾ ਜਿਹੜਾ ਕੰਮ ਹੁੰਦਾ ਉਹ ਸਾਨਾ ਵੱਡਾ ਕੰਮ ਹੁੰਦਾ ਇਹ ਘਰ ਸਾਹਮਣਾ ਮੈਂ ਨਹੀਂ ਵੀ ਸੋਖਾ ਨਹੀਂ ਆਵੀ ਤੇ ਮੈਂ ਇਹ ਸਾਨਾ ਵੱਡੀ ਜੌਬ ਮੇਰੀ ਆਈ ਹੈ ਫਿਲਹਾਲ ਤੇ ਬਸ ਐਂਡੀ ਮੈਂ ਵੀ ਲੱਗੀ ਐ ਦੇਖ ਲਓ ਲਜ਼ਾਨੀਆ ਤਿਆਰ ਹੋ ਗਿਆ ਤੇ ਉਸਤ ਪਤਾ ਨਹੀਂ ਮੇਰੀ ਉਪਰੋਂ ਸੜ ਜਾਂਦੀ ਏ ਜਾਂ ਉਂਜੇ ਦਾ ਰੰਗ ਇੰਜ ਦਾ ਆ ਲੇਕਿਨ ਮਜ਼ੇ ਦਾ ਜਿਹੜਾ ਬਣਿਆ ਮੇਰੇ ਹਸਬੰਦ ਨੇ ਤਾਰੀਫ ਬੋਧ ਕੀਤੀ ਐ ਆਇਰਾ ਨੇ ਬੜੇ ਮਜ਼ੇ ਨਾਲ ਖਾਧਾ ਆ ਤੇ ਬਸ ਐ ਦੇਖ ਲਓ ਹੁਣ ਮੈਂ ਟੇਬਲ ਤੇ ਦੋ ਅਸੀਂ ਬੰਦੇ ਆ ਦੋ ਜਾਂ ਢਾਈ ਕਰ ਲਓ ਵੈਸੇ ਅਸੀਂ ਚਾਰ ਆ ਲੇਕਿਨ ਆਇਰਾ ਹੀ ਖਾਂਦੀ ਐ ਇਬਰਾਹਿਮ ਇਹ ਕੋਈ ਨਹੀਂ ਖਾਂਦਾ ਸ਼ੰਦਾ ਐ ਵੀ ਤੇ ਇਹ ਦੋ ਨਾਲ ਪਲੇਟਾਂ ਲਾਨੀਆਂ ਤੇ ਨਾਲ ਐ ਮੇਰੇ ਸਪੈਸ਼ਲ ਕਿਆ ਦੇਨੇ ਇਹ ਚਮਚੇ ਨੇ ਬਸ ਤਿਕਾਂ ਕਿ ਆਹ ਦੇਣਿਆ ਨੂੰ ਕਾਂਡੇ ਤੇ ਛੁਰੀਆਂ ਤੇ ਇਹ ਮੈਂ ਜਿਹੜਾ ਨਾ ਇੱਥੇ ਰੱਖ ਲੀਆਂ ਅੱਜ ਕਿਉਂਕਿ ਅਸੀਂ ਵੀਕਐਂਡ ਦਾ ਡਿਨਰ ਕਰਨ ਆਇਆ ਤੇ ਅਸੀਂ ਇਹ ਥੋੜਾ ਸਪੈਸ਼ਲ ਹੋਣਾ ਚਾਹੀਦਾ ਹੈ ਮੇਰੇ ਸਪੈਸ਼ਲ ਬਰਤਨ ਨੇ ਬੱਸ ਸਪੈਸ਼ਲ ਆਹ ਲੋ ਇਹ ਖਾਣੇ ਵਾਲੇ ਬੰਦੇ ਹੋਣੇ ਮਾਇਨੇ ਰੱਖਦਾ ਹੈ ਬਰਤਨ ਤੇ ਨਹੀਂ ਮਾਇਨੇ ਰੱਖਦਾ ਹੈ ਤੇ ਅਮਣ ਜਾਣੇ ਵਾਲੀਆਂ ਚੀਜ਼ਾਂ ਨੇ ਮਾਇਨੇ ਤਿਆਰ ਰੱਖਦਾ ਵੀ ਤੁਹਾਡੇ ਘਰ ਚ ਰੌਣਕ ਹੋਣੀ ਚਾਹੀਦੀ ਹੈ ਤੁਹਾਡੇ ਘਰ ਚ ਖਾਣੇ ਵਾਲੇ ਜੀ ਹੋਣੇ ਚਾਹੀਦੇ ਨੇ ਅੱਲਾਹ ਤਾਲਾ ਹਰ ਇੱਕ ਨੂੰ ਸੇ ਤੰਦਰੁਸਤੀ ਦੇ ਦਿੰਦਾ ਹੈ ਦੇਖ ਲਓ ਜੀ ਇਹ ਮੈਡਮ ਨਵਾ ਸ਼ਲਵਾਰ ਕਮੀਜ਼ ਪਾਈ ਤੇ ਲੋਨ ਦੇ ਸ਼ਲਵਾਰ ਕਮੀਜ਼ ਪਾ ਕੇ ਬੈਠੀ ਹੈ ਨਵਾ ਦੀ ਹੈ ਹਲ ਜਾਈ ਮੈਂ ਪਾਣੇ ਨੇ ਤੇ ਇਹ ਨੇ ਫਿਰ ਆਈ ਪਾਏ ਨੇ ਇਹ ਨਾਲ ਨੇ ਮੈਂ گارਲਿਕ ਬ੍ਰੈਡ ਵੀ ਬਣਾ ਲਈ ਬਣਾ ਤੇ ਨਹੀਂ ਲਈ ਵਸੇ ਓਵਨ ਚ ਰਹੀ ਹੈ ਤੇ ਉਹਨੇ ਬਣਾਈ ਵੈਸੇ ਬਣੀ ਬਣਾਈ ਹੁੰਦੀਆਂ ਨੇ ਬਸ ਗਰਮ ਕਰਨਾ ਹੁੰਦਾ ਥੋੜੀ ਦੇਰ ਵਾਸਤੇ ਤੇ ਨਾਲ ਆ ਮੈਂ ਸਲਾਦ ਕੱਢ ਲਿਆ ਕਿਉਂਕਿ ਲਜ਼ਾਨੀਏ ਨਾਲ ਨੇ ਸਲਾਦ ਦਾ ਬੜਾ ਜੋੜ ਹੈ ਤੇ ਗਾਰਲਿਕ ਬ੍ਰੈਡ ਦਾ ਤੇ ਇਹ ਤੁਸੀਂ ਵੀ ਇਹਨੇ ਬਣਾ ਕੇ ਖਾਓ ਤੇ ਮੈਨੂੰ ਦੱਸਿਓ ਤੁਸੀਂ ਆਪੂ ਰੈਸਪੀ ਧਾਕ ਲਿਓ ਮੈਨੂੰ ਰੈਸਪੀ ਮੈਨੂੰ ਕੌਣ ਜਿਹਾ ਬਣਾਉਣਾ ਹੁੰਦਾ ਹੈ ਵੀ ਮੈਂ ਵੈਸੇ ਸਿਹਾਂ ਦੀ ਮੇਰੀ ਭੈਣ ਨੂੰ ਬਣਾਉਣਾ ਹੁੰਦਾ ਐਸ ਵਾਰੀ ਮੈਂ ਜਾਣਾ ਨਾ ਜਿਸ ਜਦੋਂ ਗਈ ਸਵੀਡਨ ਕਦੇ ਤੇ ਮੈਂ ਫਿਰ ਉਹਦੇ ਕੋਲੋਂ ਨਸੀਖ ਕਿ ਆਉਣਾ ਵੀ ਤੂੰ ਮਨਸਖਾ ਮੇਰੇ ਤੋਂ ਵੈਸੇ ਨਿੱਕੀ ਹੈ ਲੇਕਿਨ ਮੈਂ ਕਦੇ ਬਣਾਇਆ ਨਹੀਂ ਹੈ ਵੀ ਉਂਝ ਮੈਂ ਕਿਨੇ ਡੱਬਿਆਂ ਲਾਉਂਦਾ ਤੇ ਵੈਸੇ ਇਨਸ਼ਾਅੱਲਾ ਮੈਂ ਫਿਰ ਸਿਖਾਂਦੀ ਤੇ ਫਿਰ ਤੁਹਾਨੂੰ ਵੀ ਸਿਖਾਸਣਾ ਦੀ ਤੇ ਐ ਵੇਖ ਲਓ ਜੀ ਇਹ ਬਰਤਨ ਤੇ ਉਹਨਾਂ ਮੈਂ ਮਸ਼ੀਨ ਚ ਲਾਉਂਦੀ ਇਹ ਚੁਰੀਆਂ ਤੇ ਕਾਂਟੇ ਮੈਂ ਹੱਥਾਂ ਨਾਲ ਤੋਲਾਂਦੀ ਕਿਉਂਕਿ ਮੈਂ ਮਸ਼ੀਨ ਚ ਨਹੀਂ ਲਾਉਂਦੀ ਕਿਉਂਕਿ ਟੈਂਪਰੇਚਰ ਜ਼ਿਆਦਾ ਨਾਲ ਕਲਰ ਖਰਾਬ ਹੋਣੇ ਦਾ ਡਰ ਹੁੰਦਾ ਐ ਡੱਬਾ ਸ਼ਬੇ ਚ ਪਾ ਕੇ ਸਨ ਖਾਣਾ ਤੇ ਬਾਕੀ ਸਾਰੇ ਬਰਤਨ ਜਿਹੜੇ ਨੇ ਨਾ ਮੈਂ ਵਾਸ਼ ਕਰ ਛੱਡੇ ਨੇ ਤੇ ਕਿਚਨ ਨੂੰ ਸਾਫ਼ ਕਰ ਲਿਆ ਕਿਉਂਕਿ ਕਿਚਨ ਸਾਫ਼ ਹੁੰਦਾ ਨੇ ਤੇ ਸਾਡ ਨੂੰ ਸਕੂਨ ਆ ਜਾਂਦਾ ਜਿਵੇਂ ਪਾਂਡਿਆਂ ਦਾ ਭਰੇ ਹੁੰਦਾ ਨਾ ਤੇ ਫੇਰ ਮਨ ਨੂੰ ਤੇ ਬੜੀ ਬੇਚੈਨੀ ਰਹਿੰਦੀ ਹੈ ਬੜੀ ਆਵਾਜ਼ ਆ ਰਹੀ ਹੁੰਦੀ ਹੈ ਵੀ ਕਿਸ ਟਾਈਮ ਕੰਮ ਮੁੱਕੇ ਦਾ ਆਰ ਵੇਲੇ ਇਨਾ ਕਮਾ ਮਗਰੀ ਦੋੜੀ ਦੌੜ ਲੱਗੀ ਰਹਿੰਦੀ ਹੈ ਤੇ ਤੁਸੀਂ ਬਸ ਆਪਣੀ ਭੈਣ ਨੂੰ ਜਿਸ ਲਈ ਤਾਂ ਮੇਰੀ ਵੀਡੀਓ ਨੂੰ ਤੱਕਦੇ ਹੋ ਤੇ ਜੇ ਤੁਸੀਂ ਤੁਹਾਨੂੰ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੈ ਮੇਰੀ ਵੀਡੀਓ ਪਸੰਦ ਆਉਂਦੀ ਹੈ ਤੇ ਤੁਸੀਂ ਉਹਨੂੰ ਕਰਿਆ ਕਰੋ ਪਿਆਰਾ ਜਿਹਾ ਇੱਕ ਲਾਈਕ ਅੱਛਾ ਜਿਹਾ ਕਮੈਂਟ ਮੈਨੂੰ ਭੇਜਿਆ ਕਰੋ ਉਸ ਤੋਂ ਬਾਅਦ ਜੀ ਤੁਸੀਂ ਮੇਰੀ ਚੈਨਲ ਦੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਉਹ ਮੈਨੂੰ ਸਬਸਕ੍ਰਾਈਬ ਕਰຊਣ ਕਰਨ ਤੇ ਜੇ ਤੁਹਾਡਾ ਦਿਲ ਕਰੇ ਤੇ ਅੱਗੇ ਮੇਰੀ ਆਪਣੀ ਫੈਮਲੀ ਨਾਲ ਤੇ ਫੈਮਲੀ ਮੈਂਬਰਸ ਨਾਲ ਦੋਸਤਾਂ ਨਾਲ ਸਾਰਿਆਂ ਨਾਲ ਮੇਰੀ ਵੀਡੀਓ ਸ਼ੇਅਰ ਵੀ ਕਰੋ ਤਾਂ ਕਿ ਤੁਹਾਡੀ ਭੈਣ ਦੀ ਵੀਡੀਓ ਅੱਗੇ ਤੱਕ ਜਾਏ ਤੇ ਇਹ ਵੇਖ ਲਓ ਜੀ ਉਹ ਨਾ ਮੈਮ ਪੱਤੀ ਖਤਮ ਹੋ ਗਈ ਐ ਤੇ ਨੇੜੇ ਜਿਹੜੀ ਦਰਾਜ਼ ਚ ਪਈ ਤੋਂ ਫਿਰ ਮੈਂ ਨਾ ਐਪਤੀ ਨੂੰ ਹਨ ਫਿਲਕਾ ਲੈਂਦੀ ਤੇ ਮੇਰੇ ਕੋ ਕਿਸੇ ਨੇ ਪੁੱਛਿਆ ਮੇਰੇ ਚੁੱਲ੍ਹੇ ਦੇ ਮੁਤਲਕ ਵੀ ਹੈ ਗੈਸ ਦਾ ਜਾਂ ਬਿਜਲੀ ਦਾ ਤੇ ਨਾਰਵੇਜ ਨੂੰ ਤੇ ਜ਼ਿਆਦਾ ਬਿਜਲੀ ਦੇ ਚੁੱਲ੍ਹੇ ਹੁੰਦੇ ਨੇ ਮੈਂ ਕੋ ਨਹੀਂ ਗੈਸ ਦੇਦੇ ਹੈ ਵੀ ਜੇ ਕਿਸੇ ਨੇ ਆਪੂ ਲੈਣਾ ਗੈਸ ਦਾ ਨਾਲ ਛੋਟਾ ਸਿਲੰਡਰ ਲੈਣਾ ਪੈਂਦਾ ਵੈਸੇ ਇੱਥੇ ਬਿਜਲੀ ਦੇ ਚੁੱਲ੍ਹੇ ਜਲਦੇ ਨੇ ਤੇ ਉਸ ਤੋਂ ਇਲਾਵਾ ਜ਼ਾ ਮੇਰਾ ਚੁੱਲੇ ਦੀ ਬ੍ਰਾਂਡ ਦਾ ਵੀ ਕਿਸੇ ਨੇ ਪੁੱਛਿਆ ਵੀ ਕਿਹੜਾ ਮਤਲਬ ਮਾਰਕ ਹੈ ਜਾਂ ਜੋ ਵੀ ਆਹਦਾ ਹੈ ਤੇ ਆਏਗੇ ਦਾ ਇਲੈਕਟ੍ਰੋਲਿਸ ਦੇ ਅੰਡਰ ਹੀ ਆਏਗੇ ਇੱਕ ਕਹਿੰਦੇ ਆਈਜੀ ਆਈਜੀ ਜਿਹੜਾ ਨਾ ਇੱਕ ਇਲੈਕਟ੍ਰੋਲਿਸ ਦੇ ਅੰਡਰ ਹੀ ਮਨ ਲੱਗਦਾ ਇੱਕ ਕਹਦੇ ਨੇ ਇਹ ਬ੍ਰਾਂਡ ਹੈ ਤੇ ਉਹਦਾ ਚੁੱਲਾ ਤੇ ਮੇਰਾ ਸਾਰਾ ਮਤਲਬ ਜਿੰਨੇ ਵੀ ਬਿਜਲੀ ਦੀਆਂ ਚੀਜ਼ਾਂ ਨੇ ਜਿੰਜ ਓਵਨ ਹੈ ਮਾਈਕ੍ਰੋ ਓਵਨ ਹੈ ਫ੍ਰੀਜਰ ਨੇ ਫ੍ਰੀਜ਼ਰ ਨੇ ਸਾਰੇ ਇਹਦੇ ਹੀ ਨੇ ਤੇ ਬਸ ਜੀ ਇਹ ਚਾਹ ਪੀਆਂਦੀ ਤੇ ਤੁਹਾਨੂੰ ਪਤਾ ਫਿਰ ਚਾਹ ਤੋਂ ਬਗੈਰ ਤੇ ਤੁਹਾਡੀ ਪੈਣ ਦਾ ਗੁਜ਼ਾਰਾ ਕੋ ਨਹੀਂ ਹੈ ਵੀ ਤੇ ਬਸ ਮਜ਼ਾ ਆਉਂਦਾ ਚਾਹ ਪੀਣਿਆ ਤੇ ਮਜ਼ਾ ਆ ਜਾਂਦਾ ਪਾਕਿਸਤਾਨ ਦੀ ਬੜੀ ਆਦਮਦੀ ਹੈ ਉੱਥੇ ਵੀ ਮੈਨੂੰ ਮੈਨੂੰ ਸ਼ੁਰੂ ਤੋਂ ਹੀ ਚਾਹ ਬੜੀ ਪਸੰਦ ਹੈ ਮੈਂ ਨਿੱਕੀ ਜੀ ਤੇ ਤੈ ਤਾਂ ਤੁਸੀਂ ਚਾਹ ਨਾ ਦੀ ਠਰਕ ਨਹੀਂ ਤੇ ਫਿਰ ਅੱਗੋ ਅੱਗੋ ਤੇ ਔਰ ਆਈ ਦਾ ਵੀ ਚਾਹ ਪੀਆਦੇ ਤੇ ਸਿਰ ਦਰਦ ਵੱਲ ਹੋਵੇਦਾ ਤੇ ਨਾਲ ਮੇਰੇ ਹਸਬੰਡ ਗਏ ਬਾਤ ਉਹ ਨਾਲ ਆਉਂਦੇ ਆ ਚਾਕਲੇਟ ਕੇਕ ਜਲਾਏ ਤੇ ਇਹ ਬੱਚਿਆਂ ਨੂੰ ਬੜਾ ਪਸੰਦ ਹੁੰਦਾ ਹੈ ਤੇ ਬਸ ਚਾਹ ਘੱਟ ਛੱਡ ਕੇ ਥੋੜਾ ਜਿਹਾ ਚਾਹ ਨਾਲੇ ਐਸੇ ਮੈਂ ਕਾਟੀਆਂ ਜਿਹਦੀਆਂ ਚੀਜ਼ਾਂ ਖਾਣੀਆਂ ਮੈਂ ਚਾਹ ਹਾਲੀ ਪੀਣੀ ਆ ਕਿਉਂਕਿ ਮੈਨੀਆਂ ਜੀ ਚਾਹ ਹੀ ਬੜੀ ਐ ਔਰ ਮੈਂ ਫਿਰ ਨਹੀਂ ਬਦਪਰੇਜ਼ੀ ਕੋਈ ਕਰਦੀ ਐ ਵੀ ਤੇ ਬਸ ਜੀ ਇਹ ਇਹ ਮੇਰਾ ਅੱਜ ਦਾ ਵਲੌਗ ਉਮੀਦ ਕਰਨੀ ਆ ਤੁਹਾਨੂੰ ਪਸੰਦ ਆਇਆ ਹੋਵੇ ਦਾ ਜੇ ਪਸੰਦ ਆਵੇ ਤੇ ਕਰਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਅੱਗੇ ਤੱਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਨੇ ਮਿਲਾਂ ਦੀ ਤੁਹਾਨੂੰ ਅੱਗੇ ਇੱਕ ਨਵੀਂ ਮਜ਼ੇਦਾਰ ਜੀ ਚਟਹਾਰੇਦਾਰ ਪਿਆਰੀ ਜੀ ਵੀਡੀਓ ਦੇ ਨਾਲ ਇਹ ਵੇਖ ਲੋ ਗੰਦ ਤੇ ਉਹ ਮੈਸਲਾਂਦੀ ਬੱਚਿਆਂ ਨੂੰ ਮੈਂ ਉੱਪਰ ਸਵਾਹੀਆਂ ਤੇ ਇਹਨਾਂ ਸਫਾਈ ਸਫਾਈ ਕਰਕੇ ਤੇ ਫਿਰ ਸਕੂਨ ਨਾਲ ਬੈ ਕੇ ਕੋਈ ਅਗਲਾ ਕੰਮ ਕਰਾਂਦੀ ਠੀਕ ਹੈ ਜੀ ਅੱਲਾ ਹਫੀਜ਼ ਆਪਣੇ ਧਿਆਨ ਰੱਖੋ